ਪਿੰਡ ਸੂਰਜਗੀਰ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਮੰਗਲ ਦਾਸ ਸਪੋਰਟਸ ਕਲੱਬ ਵੱਲੋਂ ਸਮੂਹ ਨਗਨ ਵਾਸੀਆਂ ਸਮੂਹ NRI ਵੀਰਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਕਬੱਡੀ ਕੱਪ ਵੀ ਕਰਵਾਇਆ ਗਿਆ। ਮੀਂਹ ਪੈਣ ਦੇ ਬਾਵਜੂਦ ਵੀ ਕਬੱਡੀ ਦੇ ਮੁਕਾਬਲੇ ਬੜੀ ਸ਼ਰਧਾ ਨਾਲ ਕਰਵਾਏ ਗਏ। ਇਸ ਮੌਕੇ ਸਮੂਹ ਬਾਬਾ ਮੰਗਲ ਦਾਸ ਸਪੋਰਟਸ ਕਲੱਬ ਵੱਲੋਂ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜੁਗਾ ਜੀ ਜੁਗਰਾਜ ਸਿੰਘ ਕਤਲ, ਇਹ ਵੱਡੀ ਮਿਹਰਬਾਨੀ ਹੋਵੇਗੀ। ਉਧਰ ਪਿੰਦਰ ਪੰਡੋਰੀ ਜੀ ਸਾਡੇ ਬਹੁਤ ਹੀ, ਗੁਰਮੀਤ ਸਿੰਘ ਜੀ ਸਾਡੇ ਸਾਹਮਣੇ ਖੜਾ ਬੱਲੀ ਭਰਾ ਦੇ ਨਾਲ, ਰੱਬ ਨੂੰ ਧਿਆਉਣ ਲੋਕੋ, ਹੁਣ ਮਾਰੋ ਤਾੜੀਆਂ, ਸ਼ੇਰ ਨੂੰ ਦਿਓ ਥਾਪੀ, ਧਾਵੀ ਚੱਲਿਆ ਕਬੱਡੀਆਂ। ਮੇਰੀ ਬੇਨਤੀ ਹੈ ਪਿੰਦਰ ਭਾਜੀ, ਤੁਹਾਨੂੰ ਸਟੇਜ ਤੇ ਬੁਲਾਇਆ ਜਾ ਰਿਹਾ ਹੈ, ਤੁਸੀਂ ਸਾਡੇ ਮਹਿਮਾਨ ਹੋ। ਨਿਕਲ ਜਾਵੇ ਝੂਟਿਆਂ ਦੇ ਰੱਸਾ ਹੋਵੇ, ਕੱਚੇ ਹੱਥ ਰਹਿੰਦੇ ਨਾ, ਚੁਗਲੀ ਦੀ ਆਦਤ ਜੀ ਨੂੰ ਸੁੱਖਿਆ, ਟੱਕੇ ਕਰ ਬਹਿੰਦੇ ਨਾ, ਟੱਕੇ ਕਰ ਬਹਿੰਦੇ ਨਾ। ਇਧਰ ਪਈ ਹੋਈ ਕਬੱਡੀ ਦੇ ਦਰਮਿਆਨ ਦੇਖਣਾ।